ਆਲਟੋ ਨਿਊਜ਼ ਚੈਨਲ ਦੇ ਵਿੱਚ ਤੁਹਾਡਾ ਸਵਾਗਤ। ਡੇਰਾ ਬੋਨਾ ਨੇ ਕੋਟਲੀ ਸੂਰਤਮੱਲੀ ਤੇ ਬਟਾਲਾ ਦੀ ਪੁਲਿਸ ਫਰਿਸ਼ਤਿਆਂ ਤੋਂ ਘੱਟ ਨਹੀਂ। ਜੇਬ 'ਚੋਂ ਪੈਸਾ ਲਗਾ ਬਚਾਈ ਨੌਜਵਾਨ ਦੀ ਜਾਨ। ਏਅਰਪੋਰਟ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ। ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ, ਨਾਲ ਹੀ ਬੈਲ ਆਈਕਾਨ ਵੀ ਦਬਾ ਲਓ। ਘਟਨਾ ਬੀਤੀ 28 ਨਵੰਬਰ ਦੀ ਹੈ, ਜਦੋਂ ਬਟਾਲਾ ਪੁਲਿਸ ਅਧੀਨ ਪੈਂਦੇ ਪੁਲਿਸ ਥਾਣਾ ਕੋਟਲੀ ਸੂਰਤਮੱਲੀ ਅੰਦਰ ਪੈਂਦੇ ਪਿੰਡ ਦਰਗਾਹਬਾਦ ਦੇ ਵਿੱਚ ਗਰਮ ਕੱਪੜੇ ਵੇਚਣ ਵਾਲੇ ਪ੍ਰਵਾਸੀ ਨੌਜਵਾਨ ਨੂੰ 2 ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਲੁੱਟ ਦੀ ਨੀਅਤ ਨਾਲ ਜ਼ਖਮੀ ਕਰ ਦਿੱਤਾ ਸੀ। ਤੇ ਉਧਰ SSP ਬਟਾਲਾ ਅਸ਼ਵਨੀ ਗੋਟੇਵਾਲ ਦੇ ਦਿਸ਼ਾ ਨਿਰਦੇਸ਼ਾਂ ਤੇ DSP ਡੇਰਾ ਬਾਬਾ ਨਾਨਕ ਮਨਿੰਦਰਪਾਲ ਸਿੰਘ ਤੇ ਪੁਲਿਸ ਥਾਣਾ ਕੋਟਲੀ ਦੇ SHO ਨਿਰਮਲ ਸਿੰਘ ਵੱਲੋਂ ਜ਼ਖਮੀ ਨੌਜਵਾਨ ਨੂੰ ਬਚਾਉਣ ਲਈ ਆਪਣੀ ਜੇਬ 'ਚੋਂ ਖਰਚਾ ਕਰਕੇ ਨੌਜਵਾਨ ਦਾ ਗੁਰੂ ਨਾਨਕ ਦੇਵ ਹਸਪਤਾਲ ਦੇ ਵਿੱਚ ਇਲਾਜ ਕਰਵਾਇਆ ਗਿਆ, ਜਿਸ ਦੀ ਵਜ੍ਹਾ ਦੇ ਨਾਲ ਹੁਣ ਨੌਜਵਾਨ ਦੀ ਜਾਨ ਬਚ ਗਈ ਹੈ। ਤਦ ਹੀ ਇਹ ਇਲਾਕੇ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਡੇਰਾ ਬਾਬਾ ਨਾਨਕ ਕੋਟਲੀ ਸੂਰਤਮੱਲੀ ਤੇ ਬਟਾਲਾ ਦੀ ਪੁਲਿਸ ਫਰਿਸ਼ਤਿਆਂ ਤੋਂ ਘੱਟ ਨਹੀਂ ਤੇ ਚਾਰੇ ਪਾਸੇ SSP ਬਟਾਲਾ ਅਸ਼ਵਨੀ ਗੋਟਿਆਲ, DSP ਡੇਰਾ ਬਾਬਾ ਨਾਨਕ ਮਨਿੰਦਰਪਾਲ ਸਿੰਘ ਅਤੇ ਪੁਲਿਸ ਥਾਣਾ ਕੋਟਲੀ ਦੇ SHO ਨਿਰਮਲ ਸਿੰਘ ਦੀ ਵਾਹ ਵਾਹ ਹੋ ਰਹੀ ਹੈ। ਤੁਸੀਂ ਵੀ ਦੇਖੋ ਆਲਟੂ ਨਿਊਜ਼ ਲਈ ਕ੍ਰਿਸ਼ਨ ਗੋਪਾਲ ਦੀ ਇਹ ਵਿਸ਼ੇਸ਼ ਰਿਪੋਰਟ। ਕੀ ਨਾਮ ਹੈ ਆਪਕਾ? ਇਨਸਾਫ ਅਲੀ। ਕਹਾਂ ਕੇ ਰਹਿਣੇ ਹੋ? ਜ਼ਿਲ੍ਹਾ ਹਾਪੁੜ, ਗ੍ਰਾਮ ਸਰਾਵਨੀ, ਤਹਿਸੀਲ ਹਾਪੁੜ, UP। ਕੀ ਆਪਕੇ ਲੜਕੇ ਦਾ ਕੀ ਨਾਮ ਥਾ ਜਿਸ ਕੋ ਗੋਲੀ ਲਗੀ ਥੀ? ਸਾਨ ਮੁਹੰਮਦ। ਔਰ ਗੋਲੀ ਲੱਗਣ ਤੋਂ ਬਾਅਦ ਪੰਜਾਬ ਪੁਲਿਸ ਦਾ ਰਵੱਈਆ ਕੈਸਾ ਰਹਾ? ਜੋ ਆਪਕੋ ਲੜਕਾ ਆਪੋ ਬਚ ਗਿਆ ਹੈ, ਕੈਸਾ ਰਵੱਈਆ ਰਹਾ ਪੰਜਾਬ ਪੁਲਿਸ? ਪੰਜਾਬ ਨੇ ਪੁਲਿਸ ਨੇ ਹਮਾਰੇ ਬਹੁਤ ਹੈਲਪ ਕੀ ਹੈ, ਹਮਾਰਾ ਬਹੁਤ ਸਾਥ ਦਿਆ ਹੈ, ਪੈਸੇ ਸੇ, ਹਰ ਤਰੀਕੇ ਸੇ। ਹਮ ਤੋ ਯਹਾਂ ਹੈ ਵੀ ਨਹੀਂ, ਹਮ ਯਹਾਂ ਹੈ ਨਹੀਂ, ਲੇਕਿਨ ਪੁਲਿਸ ਹੀ ਉਸੇ ਲੈ ਕੇ ਗਈ ਹੈ ਔਰ ਉਸਮੇ ਹੋਸਪਿਟਲ ਮੈਂ ਐਡਮਿਟ ਕਰਾ ਹੈ ਪੁਲਿਸ ਨੇ ਹੀ। ਹਮੇ ਤੋ ਬਾਅਦ ਮੈਂ ਪਤਾ ਲਗਾ, ਹਮ ਤੋ ਇੱਕ ਦਿਨ ਬਾਅਦ ਮੈਂ ਆਏ, 28 ਤਾਰੀਖ ਕੋ ਉਸਕੋ ਗੋਲੀ ਲਗੀ। ਹਮ ਤੋ ਯਹਾਂ ਸੇ ਜਾ ਰਹੇ ਥੇ, ਹੋਸਪਿਟਲ ਸੇ ਜਾ ਰਹੇ ਥੇ, ਜਬ SHO ਔਰ DSP ਪਹੁੰਚੇ ਹੈ, ਉਹਨਾਂ ਹਮਾਰੀ ਬਹੁਤ ਹੈਲਪ ਕੀ ਹੈ ਤੋ ਹਮ ਰੁਕ ਗਏ ਹੈ, ਯਾਨੀ ਹਮ ਤੋ ਜਾ ਰਹੇ ਕਿ ਜੀ ਹਮ ਯਹਾਂ ਇਲਾਜ ਨਹੀਂ ਕਰਾਤੇ। ਆਪ ਜੋ ਲੜਕੇ ਕਾ ਆਪਰੇਟ ਹੋ ਗਿਆ? ਹਾਂ, ਠੀਕ ਹੋ ਗਿਆ, ਆਪਰੇਟ ਹੋ ਗਿਆ ਉਸਕਾ, ਬਹੁਤ ਬੜਿਆ ਠੀਕ ਹੋ ਗਿਆ। SSP ਸਾਹਿਬ ਨੇ UK ਬਤਲਾਈ, DSP ਨੇ, SSP ਉਹਨੇ ਕਿ ਜੀ ਯੂ ਜੋ ਖਰਚਾ ਉਠਾਉਂਗੇ ਤੋ SSP ਉਠਾਉਂਗੇ, ਇਹਨਾਂ ਹੀ ਸਾਰਾ ਖਰਚਾ ਦਿਆ ਹੈ ਔਰ ਅਭੀ ਪੈਸੇ ਦੀਏ। ਜੋ ਲੋਕ ਪੰਜਾਬ ਪੁਲਿਸ ਤੋਂ ਮਾੜਾ ਬੋਲਦੇ ਹਨ ਤੋ ਕਿਆ ਕਹਿਣਾ ਚਾਹੀਦਾ? देखो जी, हमारे साथ तो बढ़िया हुआ है, हमारे साथ तो हेल्प बढ़िया हुई है। अब एक से तो होते नहीं हर जगह आदमी, हर तरीके के होते हैं, तो इसलिए हमारे साथ तो व्यवहार ऐसे ही अधिकारी होने चाहिए। कौन कौन सी मदद की है? इन्होंने हर तरीके से मदद की है, जान से भी की है कि जब वहाँ वक्त दिया है, कई घंटे ये हमारे वहाँ रहे हैं DSP और SHO और थानेदार, ये तीनों रहे हैं, इन्हें SSP ने भेजे। अब तबीयत कैसी है? अब तबीयत सही है, बढ़िया है तबीयत। छुट्टी मिल गई कि मिलने वाली? अभी छुट्टी नहीं मिली, छुट्टी मिलेगी। लड़का शादीशुदा था? लड़का शादीशुदा है, 2 बच्चे हैं। और जो जिन लड़कों ने गोली मारी थी, पंजाब पुलिस को क्या कहना चाहते हैं? उनको सजा मिलनी चाहिए कि नहीं मिलनी चाहिए? सजा तो मिलनी चाहिए जी, नहीं फिर किसी को और क्यों करेंगे, सजा तो मिलनी चाहिए। कितने सालों से जो आपका लड़का है पंजाब में आ रहा था? 5 साल से तकरीबन। 28 तरीक ਨੂੰ ਸਾਡੇ ਦਰਗਾਹਬਾਦ ਪਿੰਡ ਦੇ ਵਿੱਚ ਪਹਿਲਾਂ ਤਾਂ ਨਾਮਲੂ ਵਿਅਕਤੀ ਸੀ ਕੋਈ, ਜਿਹੜੇ ਸਾਨ ਸੀਗਾ ਬਾਹਰੋਂ UP ਤੋਂ ਆਇਆ, ਉਹਨੂੰ ਉਹਨਾਂ ਮੋਬਾਈਲ ਖੋਹਣ ਦੀ ਨੀਅਤ ਨਾਲ ਜਿਹੜੀ ਉਹਦੀ ਗੋਲੀ ਮਾਰਤੀ ਸੀ। ਅਸੀਂ ਸਭ ਤੋਂ ਪਹਿਲਾਂ ਤਰਜੀਹ ਦਿੱਤੀ ਕਿ ਇਹਦਾ ਇਲਾਜ ਕਰਾਇਆ ਜਾਵੇ, ਇਨਸਾਨੀ ਜਿਹੜਾ ਇੱਕ ਜਿਸਮ ਹੈ ਇਹਦਾ ਇਲਾਜ ਕਰਾਉਣਾ ਬਹੁਤ ਜ਼ਰੂਰੀ ਸੀ। ਅਸੀਂ ਮਾਨਯੋਗ SSP ਸਾਹਿਬ ਸਾਡੇ ਬਟਾਲਾ ਸ਼੍ਰੀ ਮਤੀ ਅਸ਼ਵਨੀ ਗੋਟਿਆਲ ਜੀ ਦੇ ਦਿਸ਼ਾ ਨਿਰਦੇਸ਼ਾਂ 'ਤੇ ਇਹਦਾ ਇਲਾਜ ਕਰਵਾਇਆ ਅਤੇ ਜੋ ਵੀ ਹੈਲਪ ਜਿਹੜੀ ਆ ਉਹ SSP ਸਾਹਿਬ ਵੱਲੋਂ ਮਿਲੀ ਅਸੀਂ ਅੱਗੇ ਪ੍ਰੋਵਾਈਡ ਕੀਤੀ ਇਹਨਾਂ ਨੂੰ, ਅਤੇ ਜਿੰਨਾ ਵੀ ਇਲਾਜ ਬਣਦਾ ਸੀ ਅਸੀਂ ਕਰਵਾਇਆ। ਬਾਕੀ ਦੋਸ਼ੀਆਂ ਨੂੰ ਵੀ ਜਿਹੜਾ ਫੜ ਕੇ ਅਤੇ ਉਹਨਾਂ ਨੂੰ ਆਪਾਂ ਵੱਧ ਤੋਂ ਵੱਧ ਜਿਹੜੀ ਆ ਸਜ਼ਾ ਦਿੱਤੀ ਜਾਏਗੀ ਅਤੇ ਕ੍ਰਾਈਮ 'ਤੇ ਕੰਟਰੋਲ ਕੀਤਾ ਜਾਏਗਾ, ਕਿਸੇ ਨੂੰ ਇਹਦੀ ਇਜਾਜ਼ਤ ਨਹੀਂ ਦਿੱਤੀ ਜਾਏਗੀ ਇਸ ਵਜ੍ਹਾ ਜੁਰਮ ਕਰਨ ਦੀ, ਕ੍ਰਾਈਮ 'ਤੇ ਕੰਟਰੋਲ ਕਰਾਂਗੇ
ਇਹ ਲੈ ਕੇ ਨਾ ਆਪਣੇ ਬੱਚੇ ਨੂੰ ਤੇ ਚਲ ਚਲੇ ਸੀ। ਗਰੀਬ ਬੰਦੇ ਸੀਗੇ, ਕਹਿੰਦੇ ਕਿ ਅਸੀਂ ਜਿਹੜਾ ਵਾ ਇਲਾਜ ਨਹੀਂ ਕਰਵਾ ਸਕਦੇ ਤੇ ਉਹਦੀ ਹਾਲਤ ਜਿਹੜੀ ਉਹ ਮਾੜੀ ਸੀਗੀ। ਇਸ ਕਰਕੇ ਅਸੀਂ SSP ਸਾਹਿਬ ਜੀ ਨਾਲ ਡਿਸਕਸ ਕੀਤਾ ਤੇ ਉਹਨਾਂ ਨੇ ਸਾਨੂੰ ਦਿਸ਼ਾ ਨਿਰਦੇਸ਼ ਕੀਤੇ ਕਿ ਅਸੀਂ ਸਰਕਾਰਕ ਤੌਰ ਤੇ ਜਿਹੜਾ ਉਹ ਖਰਚਾ ਦੇਵਾਂਗੇ ਤੇ ਇਹਦਾ ਜਿਹੜਾ ਇਲਾਜ ਇੱਥੇ ਕਰਾਇਆ ਜਾਵੇ। ਅੱਜ ਉਹ ਬਿਲਕੁਲ ਤੰਦਰੁਸਤ ਹੈ, ਬਿਲਕੁਲ ਠੀਕ ਹੈ, ਇੱਕ ਦੋ ਦਿਨ 'ਚ ਉਹਨੂੰ ਜਿਹੜੀ ਆ ਛੁੱਟੀ ਮਿਲ ਜਾਏਗੀ। ਅਤੇ ਸਰ ਜਿਹੜੇ ਲੋਕਾਂ ਨੂੰ ਮਨ 'ਚ ਸਹਿਮ ਸੀ ਜਿਹੜੇ ਗਰਮਸ਼ਾਲ ਵਿੱਚ ਆਉਂਦੇ, ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ? ਅਸੀਂ ਇਹ ਮੈਸੇਜ ਦੇਣਾ ਚਾਹੁੰਦੇ ਕਿ ਕਿਸੇ ਨੂੰ ਵੀ ਪੰਜਾਬ ਦੇ ਵਿੱਚ ਖਾਸ ਕਰਕੇ ਜਿਹੜਾ ਸਾਡਾ ਮੇਰਾ ਜਿਹੜੇ ਟਾਣੇ ਦਾ ਮੈਂ SHO ਲੱਗਾ, ਨਿਡਰ ਹੋ ਕੇ ਇੱਥੇ ਜਿਹੜਾ ਵਾ ਆਪਣੀ ਮਿਹਨਤ ਮਜ਼ਦੂਰੀ ਕਰਨ, ਕਿਸੇ ਨੂੰ ਕਿਸੇ ਕੋਲੋਂ ਡਰਨ ਦੀ ਲੋੜ ਨਹੀਂ। ਇਹ 'ਚ ਸਰ ਕੇਸ 'ਚ ਫਿਰ ਕਿੰਨੇ ਬੰਦੇ ਜਿਹੜੇ ਤੁਸੀਂ ਨਾਮਜ਼ਦ ਕੀਤੇ ਆ? ਇਹਦੇ ਵਿੱਚ ਦੋ ਬੰਦੇ ਜਿਹੜੇ ਉਹ ਨਾਮਜ਼ਦ ਹੋਏ ਆ ਅਤੇ ਉਹਨਾਂ ਦੋਵਾਂ ਨੂੰ ਅਸੀਂ ਫੜ ਕੇ ਅਤੇ ਜਲਦੀ ਤੋਂ ਜਲਦੀ ਆ ਉਹਨੂੰ ਜੇਲ੍ਹ ਭੇਜਿਆ।